ਹਰਪਿੰਜੀ ਮੇਰਾ 슬ੋਗਨ ਸੁਣਿਆ ਤੁਸੀਂ ਸੁਣੋ ਹੋ ਗਈ ਐਂਟੀ ਕ腐ਸ਼ਨ ਹੁਣ ਮਿਲੇਗਾ ਐਪਰੀਸੀਏਸ਼ਨ ਹਾਈ ਵੇਲਿਵੈਲ ਫੈਰੀ ਟੇਲ ਵੇਲਿਵੈਲ ਫੈਰੀ ਟੇਲ ਆਹ ਪੈਂਜੀ ਮੈਨੂੰ ਮੈਨੂੰ ਐਪਰੀਸੀਏਸ਼ਨ ਅਵਾਰਡ ਮਿਲਦਾ ਪਿਆ 2017 ਦੇ ਤਾਜ ਉਤੇ ਪੈਂਜੀ ਤਾਜ ਹੋਟਲ ਫਿਰ ਕਹਿੰਦੇ ਪਿਓ ਤੁਸੀਂ ਆਗਰਾ ਨਹੀਂ ਤਾਜ ਹੋਟਲ ਹਾਂ ਪੈਂਜੀ ਆਹ ਪੈਂਜੀ ਮੈਂ ਕਿੰਨੋ ਨਾ ਨਾ ਪੈਂਜੀ ਇਹ ਸ਼ੁਰੂ ਤੇ ਮੈਂ ਕਾਟੇ ਛੱਡਣਾ ਕਮੇਟੀ ਉੱਤੇ ਪੈਂਜੀ ਆ ਬੀਏ ਦੇ ਮਾਦੇ ਨਾਲ ਨਾ ਜਾਦੂਗਰ ਦੀ ਮਿਲਕ ਜਾ ਕੇ ਨੇ ਕੋਈ ਜਾਦੂ ਕਰ ਕਰ ਛੱਡਣਾ ਆਹੋ ਪੈਂਜੀ ਸਾਰਾ ਢੰਡੋਰਾ ਪੇ ਛੱਡੋ ਵੋਟ ਕਰ ਦਿਓ ਤੁਸੀਂ ਵੀ ਸਾਰੇ ਆਂਡ ਗਵਾਂਡ ਸਭ ਨੂੰ ਮੈਂ ਤੇ ਕਹਿੰਦੇ ਘਰ ਵਾਲੇ ਜੋ ਤੁਹਾਨੂੰ ਕੂੜਾ ਖਾਨੇ ਆਂਦੇ ਉਹਨੂੰ ਬਕਾਓ ਵੋਟ ਕਰੋ ਜ਼ਬਰਦਸਤੀ ਕਰਾਓ ਪੈਂਜੀ ਆਹੋ ਫਿਰ ਕਿਸੇ ਕੰਮ ਕਿਸੇ ਆਣਾ ਹਾ ਪੈਂਜੀ ਨਹੀਂ ਨਹੀਂ ਦਿਵਿਆ ਤਾਂ ਤਾਂ ਦੀ ਪੀਏ ਪੈਂਜੀ ਮੈਂ ਤੇ ਉਹਨਾਂ ਨੂੰ ਬੜੇ ਚੰਗੀ ਨਾਲ ਜਾਣਦੀ ਆ ਪੈਂਜੀ ਜਾਂ ਓਨ ਯਰ ਮੈਨੇ ਇੱਕ ਇੱਕ ਸਾਥ ਹੀ ਵੇਸੇ ਆਡੀਸ਼ਨ ਦਿੱਤਾ ਸੀ ਪੈਂਜੀ ਮੇਰਾ ਵਿਆਹ ਹੋ ਗਿਆ ਮੈਂ ਬਿਜ਼ੀ ਹੋ ਗਈ ਕਿੱਥ ਮੈਂ ਕਿ ਸੁਧਾਰ ਕਿੱਤੈ ਪੈਂਜੀ ਅਵਾਰਡ ਵਿੱਚ ਤੇ ਪੈਂਜੀ ਲੈ ਕਪਤੀ ਨੂਨ ਨੂੰ ਬਹਿ ਕੇ ਖਵਾਂਦੀਆਂ ਆਪਣੇ ਪੁੱਤਰ ਨੂੰ ਵਿਆਹ ਵਿਉ ਕਹਿੰਦੇ ਘਰ ਵਿੱਚ ਪੋਸਟ ਕਰ ਛੱਡਿਆ ਪੈਂਜੀ ਮੈਂ ਐਨਾ ਤਾਂ ਕਰਾਈ ਚਲਾਉਂਦਾ ਨਹੀਂ ਤਾਂ ਤੁਹਾਨੂੰ ਤਾਂ ਪਤਾ ਹੀ ਹੈ ਐਂਦੇ ਕਰਦੇ ਕੀੜੇ ਚੱਲਦੇ ਨੇ ਪੈਸਟੀਸਾਈਡ ਵੀ ਪੈਂਜੀ ਐਨੇ ਭੇਜਿਆ ਸੀ ਆਹੋ ਹਾ ਪੈਂਜੀ ਪੈਂਜੀ ਤੋਂ 29 4 ਦਿਨ ਤੱਕ ਮੇਰੇ ਘਰ ਦਾ ਚੌਂਕਾ ਤੁਸੀਂ ਸਮਝ ਲੈ ਕਿਉਂ ਪੈਂਜੀ ਲੈ ਮੈਨੂੰ ਵੇਲ ਕਿੱਥੇ ਮਿਲਣਾ ਪੈਂਜੀ ਮੈਂ ਬਿਊਟੀ ਪਾਰਲਰ ਵਿੱਚ ਆਪਣੇ ਆਪ ਨੂੰ ਜਮ੍ਹਾਂ ਕਰਾ ਛੱਡਣਾ ਪੈਂਜੀ ਤਿੰਨ ਦਿਨ ਦੇ ਚਮੱਕ ਕੇ ਜਾਣਾ ਮੈਂ ਲੈ ਉੱਥੇ ਲਾਲ ਮੈਂ ਲਾਈਟਾਂ ਮਾਰਨੀ ਹੈ ਲਾਲ ਕਪੜੇ ਪਾ ਕੇ ਨਹੀਂ ਭੈਣ ਜੀ ਇਹਨੂੰ ਲੈ ਕੇ ਤੇ ਜਾਂਦੀ ਪਈ ਆ ਬਟ ਮੈਨੂੰ ਡਰ ਲੱਗਦਾ ਪਿਆ ਹੈ ਕਹਿੰਦੀ ਮੇਰੀ ਮੰਮੀ ਜੀ ਮੈਨਾਂ ਐਪਰੀਸ਼ੀਏਟ ਕਰੇਗੀ ਆਡਵਿਨ ਬੈਗ ਤੇ ਨ ਸੀਟੀਆਂ ਮਾਰੇਗੀ ਮੈਂ ਕਿ ਰੈਂ ਦੇ ਸੀਟੀਆਂ ਆਕਰ ਨਾਲ ਦੀ ਨਾ ਰਾਮਲੀਲਾ ਨਹੀਂ ਚਲਦੀ ਪਈਏ ਜਿੱਥੇ ਤੂੰ ਸੀਟੀਆਂ ਮਾਰੇਗੀ ਆ ਥੋੜਾ ਜਿਹਾ ਹੱਥ ਮਾਰਦੀ ਸਮਾਈਲ ਕਰਦੀ ਬਸ ਉੱਥੇ ਬੈਠ ਜਾਈ ਚੁੱਪ ਕਰਕੇ ਹਾਂ ਨਹੀਂ ਪਹਿਲੇ ਜਾਣਾ ਪਵੇਗਾ ਨਾ ਨਹੀਂ ਤੇ ਕਹਿੰਗੇ ਨੂੰ ਨੂੰ ਸਾਥ ਨਹੀਂ ਲੈ ਕੇ ਆਉਂਦੀ ਆਓ ਹਾਂ ਆਏ ਕਰ ਦੋ